ਤੇ ਚਪੇੜਾ ਖਾਣ ਲਈ ਤਿਆਰ ਹੋ ਜਾਓ ਅੱਗੇ ਹੋਰ ਸਰਕਾਰ ਆ ਜਾਊਗੀ ਵੀ ਚਪੇੜਾ ਮਾਰੂਗੀ 5 ਸਾਲ ਲਈ ਫਿਰ ਚਪੇੜਾ ਹੀ ਪੈਣੇ ਜਿੱਦਾਂ ਹੁਣੇ ਪਈਆਂ ਨੇ ਹੁਣੇ ਪੈ ਰਹੀਆਂ ਨੇ ਮੈਂ ਤੁਹਾਡੇ ਚੈਨਲ ਦੇ ਥਰੂ ਸਿੱਧੀ ਇਹ ਧਮਕੀ ਸਮਝ ਲਓ ਜਾਂ ਸਿੱਧੀ ਇਹ ਚੇਤਾਵਨੀ ਸਮਝ ਲਓ ਇਹ ਕੈਪਟਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਤੇਰੀ ਰਾਜਨੀਤੀ ਸਾਡੇ ਨੌਜਵਾਨ ਸਮਝ ਚੁੱਕੇ ਨੇ ਇਸ ਕਰਕੇ ਤੂੰ ਇਹ ਭੁਲੇਖੇ 'ਚ ਨਾ ਰਹੀਂ ਕਿ ਤੂੰ ਲੋਕਡਾਊਨ ਲਾਵੇਂਗਾ ਤੇਰੇ ਲੋਕਡਾਊਨ ਦਾ ਅਸੀਂ ਸਮਰਥਨ ਕਰਾਂਗੇ ਅਸੀਂ ਵਿਰੋਧ ਕਰਦੇ ਹਾਂ ਤੇ ਕਰਦੇ ਰਹਾਂਗੇ ਤੇ ਧਰਨਾ ਉਸੇ ਤਰ੍ਹਾਂ ਚੱਲੂਗਾ ਜਿਸ ਤਰ੍ਹਾਂ ਪਹਿਲੇ ਚੱਲਦਾ ਸੀਗਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਦੀਪ ਸਿੰਘ ਤੁਸੀਂ ਦੇਖ ਰਹੇ ਹੋ ਕੇਐਨਟੀ ਨਿਊਜ਼ ਅੱਜ ਇੱਕ ਸ਼ਖਸ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਪੰਜ ਆਬ ਸਿੰਘ ਵੈਲਫੇਅਰ ਸੁਸਾਇਟੀ ਦੇ ਜਿਹੜੇ ਕਿ ਮੋਢੀ ਨੇ ਰਿੰਕੂ ਗਾਂਧੀ ਜੀ ਔਰ ਰਿੰਕੂ ਗਾਂਧੀ ਜੀ ਨਾਲ ਅੱਜ ਗੱਲਬਾਤ ਕਰਾਂਗੇ ਕਿਉਂਕਿ ਰਿੰਕੂ ਗਾਂਧੀ ਜੀ ਦੀ ਜੇਕਰ ਗੱਲ ਕਰੀਏ ਤਾਂ ਸ਼ੁਰੂਆਤ ਦੇ ਵਿੱਚ ਜਦੋਂ ਇਹਨਾਂ ਨੂੰ ਦੇਖਿਆ ਗਿਆ ਵਾਲ ਕੱਟੇ ਹੋਏ ਸਨ ਕਲੀਨ ਸ਼ੇਵ ਸਨ ਪਰ ਅੱਜ ਜੋ ਪਹਿਰਾਵਾ ਇਹਨਾਂ ਦਾ ਬਦਲ ਚੁੱਕਿਆ ਆ ਸਿਰ ਦੇ ਉੱਤੇ ਦਮਾਲਾ ਹੱਥ ਦੇ ਵਿੱਚ ਕੜਾ ਔਰ ਦਾੜੀ ਦੀ ਆਪਣਾ ਭਰਮੀ ਰੱਖੀ ਹੋਈ ਆ ਅਤੇ ਬਦਲਾਵ ਕਾਫੀ ਜ਼ਿਆਦਾ ਆ ਚੁੱਕਿਆ ਔਰ ਸਮਾਜ ਸੇਵਾ ਦੀ ਜੇਕਰ ਗੱਲ ਕਰੀਏ ਤਾਂ ਰਿੰਕੂ ਗਾਂਧੀ ਜੀ ਸਮੇਂ ਸਮੇਂ 'ਤੇ ਆਮ ਲੋਕਾਂ ਲਈ ਗਰੀਬ ਲੋਕਾਂ ਲਈ ਇੱਕ ਆਵਾਜ਼ ਬਣ ਕੇ ਖੜ੍ਹੇ ਹੋ ਜਾਂਦੇ ਨੇ ਔਰ ਲੋਕਾਂ ਦੀ ਸੇਵਾ ਕਰਦੇ ਨੇ ਹਰ ਸਮੇਂ ਇਹਨਾਂ ਨੂੰ ਲੁਧਿਆਣੇ ਦੇ ਵਿੱਚ ਦੇਖਿਆ ਜਾਂਦਾ ਔਰ ਪਿਛਲੀ ਤਾਲਾਬੰਦੀ ਦੀ ਜੋ 2020 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੀ ਤਾਲਾਬੰਦੀ ਦੇ ਵਿੱਚ ਪੰਜਾਬ ਸਿੰਘ ਵੈਲਫੇਅਰ ਸੁਸਾਇਟੀ ਜਿਹੜੇ ਮੋਢੀ ਨੇ ਰਿੰਕੂ ਗਾਂਧੀ ਜੀ ਔਰ ਅਣਥੱਕ ਆਪਾਂ ਕਹਿ ਦਈਏ ਕਿ ਮਿਹਨਤ ਕੀਤੀ ਇਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਬੜੀ ਦੂਰ ਦੂਰ ਤੱਕ ਜਾ ਕੇ ਰਾਸ਼ਨ ਪਹੁੰਚਾਇਆ ਔਰ ਕਿਤੇ ਨਾ ਕਿਤੇ ਅਸੀਂ ਵੀ ਇਹਨਾਂ ਦੇ ਨਾਲ ਮੌਜੂਦ ਰਹੇ ਹਾਂ ਅਤੇ ਅੱਜ ਸਾਡੇ ਨਾਲ ਮੌਜੂਦ ਨੇ ਰਿੰਕੂ ਗਾਂਧੀ ਜੀ ਰਿੰਕੂ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡੇ ਕੇਡੀਟੀ ਨਿਊਜ਼ ਨੂੰ ਬਹੁਤ ਬਹੁਤ ਧੰਨਵਾਦ ਕਿਉਂਕਿ ਸਮੇਂ 'ਤੇ ਤੁਸੀਂ ਸਾਡੀ ਬਹੁਤ ਮਦਦ ਕੀਤੀ ਆ ਅਤੇ ਮੀਡੀਆ ਦੇ ਥਰੂ ਤੁਸੀਂ ਦੇਖਿਆ ਹੀ ਹੈ ਕਿ ਚੌਥਾ ਥੰਮ ਮੰਨਿਆ ਜਾਂਦਾ ਅਤੇ ਮੀਡੀਆ ਨੇ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਣੀ ਹੁੰਦੀ ਆ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਛਾ ਪਹਿਲਾਂ ਤਾਂ ਮੇਰਾ ਛੋਟਾ ਜਿਹਾ ਸਵਾਲ ਇਹ ਹੈ ਕਿ ਪਹਿਰਾਵਾ ਤੁਹਾਡਾ ਚੇਂਜ ਹੋ ਚੁੱਕਿਆ ਬਦਲਾਵ ਕਾਫੀ ਦੇਖਣ 'ਚ ਆ ਰਿਹਾ ਕਿ ਪਹਿਲਾਂ ਜਿਵੇਂ ਕਲੀਨ ਸ਼ੇਪ ਸੀਗੇ ਹੁਣ ਅੱਜ ਜੇ ਆਪਾਂ ਦੇਖਦੇ ਪਏ ਹਾਂ ਤੁਹਾਨੂੰ ਦਮਾਲਾ ਬੰਨਿਆ ਭਰਮੀ ਦਾੜੀ ਆ ਹੱਥ ਦੇ ਵਿੱਚ ਕੜਾ ਸਿੱਖੀ ਸਰੂਪ ਨੂੰ ਜੇ ਆਪਾਂ ਕਹਿ ਲਈਏ ਤਾਂ ਉੱਧਰ ਨੂੰ ਤੁਸੀਂ ਹੌਲੀ ਹੌਲੀ ਕਦਮ ਰੱਖ ਰਹੇ ਹੋ ਇਹਦਾ ਕੀ ਕਾਰਨ ਰਿਹਾ ਕਾਰਨ ਇਹੀ ਹੈ ਜੀ ਦੇਖੋ ਆਪਾਂ ਲੋਕ ਕਿਉਂਕਿ ਸਾਡੀ ਜਿਹੜੀ ਆ ਜਿਹੜੇ ਮੋਢੀ ਨੇ ਜਿੱਦਾਂ ਹੁਣ ਤੁਸੀਂ ਦੇਖਿਆ ਜਾਵੇ ਆਪਾਂ ਦੀਪ ਸਿੰਘ ਜੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਏ ਸੀਗੇ ਅਤੇ ਦਸਮ ਪਿਤਾ ਦਸ਼ਮੇਸ਼ ਪਿਤਾ ਜੀ ਨੇ ਇਹ ਜਿਹੜਾ ਸਾਡੇ ਸਿਰ 'ਤੇ ਦਸਤਾਰ ਸਜਾਈ ਅਤੇ ਉਸ ਤੋਂ ਬਾਅਦ ਪੰਜ ਪਿਆਰਿਆਂ ਨੂੰ ਛਕਵਾ ਕੇ ਜਿਹੜੀ ਆ ਧਰਮ ਜਾਤਾਂ ਪਾਤਾਂ ਤੋਂ ਬਾਹਰ ਕੱਢਿਆ ਅਤੇ ਇਹ ਜਿਹੜੀ ਦਸਤਾਰ ਆਏ ਸਾਨੂੰ ਮਤਲਬ ਗੁਰੂ ਨਾਨਕ ਦੇਵ ਜੀ ਜਾਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮਿਲੀ ਗਈ ਇੱਕ ਵਰਦਾਨ ਦੇ ਰੂਪ ਦੇ ਵਿੱਚ ਕਿਉਂਕਿ ਹਮੇਸ਼ਾ ਹੀ ਇਹਨਾਂ ਨੇ ਜਿਹੜੀ ਆ ਕੀ ਨਾਮ ਲੋਕਾਂ ਦੇ ਲਈ ਜਦੋਂ ਵੀ ਕੋਈ ਆਫਤ ਆਈ ਆ ਜਾਂ ਕਿਸੇ ਨਾਲ ਨਜਾਇਜ਼ ਹੋਈ ਆ ਉਦੋਂ ਸਮੇਂ ਸਮੇਂ 'ਤੇ ਇਹਨਾਂ ਨੇ ਹਮੇਸ਼ਾ ਹੀ ਸਹਿਯੋਗ ਦਿੱਤਾ ਅਤੇ ਖੜ੍ਹੇ ਰਹੇ ਨੇ ਉਹੀ ਰਸਤੇ 'ਤੇ ਅਸੀਂ ਚੱਲ ਪਏ ਹਾਂ ਅਤੇ ਪਰਮਾਤਮਾ ਇਸੇ ਕਰਕੇ ਤੁਸੀਂ ਦੇਖਿਆ ਕਿਸਾਨੀ ਸੰਘਰਸ਼ ਦੇ ਵਿੱਚ ਜਿੱਥੇ ਸਾਰੀ ਦੁਨੀਆ ਦੇ ਵਿੱਚ ਤੁਸੀਂ ਦੇਖਿਆ ਇੱਕ ਤਾਨਾਸ਼ਾਹੀ PM ਜਿਸ ਨੂੰ ਕਹਿ ਸਕਦੇ ਹਾਂ ਮੋਦੀ ਅਤੇ ਉਸਨੇ ਪੂਰੀ ਦੁਨੀਆ ਦੇ ਵਿੱਚ ਰਾਜ ਕਰਕੇ ਇਹ ਪੰਜਾਬ 'ਤੇ ਆ ਗਿਆ ਸੀਗਾ ਅਤੇ ਪੰਜਾਬ ਵਾਲਿਆਂ ਨੇ ਠੱਲ ਪਾਤੀ ਅੱਜ ਉਹੀ ਮੋਦੀ ਦੇਖ ਲਓ ਬੰਗਾਲ ਦੇ ਵਿੱਚ ਵੀ ਹਾਰ ਗਿਆ UP ਦੇ ਵਿੱਚ ਵੀ ਗ੍ਰਾਮ ਪੰਚਾਇਤ ਹਾਰ ਗਿਆ ਇਹ ਪੰਜਾਬੀਆਂ ਦੀ ਇਹ ਸਾਡੇ ਗੁਰੂਆਂ ਪਿਤਾ ਦੇ ਵਰਦਾਨ ਆ ਕਿਉਂਕਿ ਹਰੀ ਸਿੰਘ ਨਲੂਏ ਨੂੰ ਤੁਸੀਂ ਜਾਣਦੇ ਹੋਵੋਗੇ ਬਾਬਾ ਦੀਪ ਸਿੰਘ ਨੂੰ ਤੁਸੀਂ ਜਾਣਦੇ ਹੋਵੋਗੇ ਅਤੇ ਉਹਨਾਂ ਦੇ ਅਸੀਂ ਅੰਸ਼ ਹਾਂ ਅਤੇ ਅਸੀਂ ਉਹਨਾਂ ਦੇ ਰਾਸਤੇ 'ਤੇ ਚੱਲ ਪਏ ਹਾਂ ਅਤੇ ਇੱਦਾਂ ਹੀ ਲੋਕਾਂ ਦੀ ਸੇਵਾ ਕਰਦੇ ਰਹਾਂਗੇ ਨਹੀਂ ਪਰ ਬਦਲਾਵ ਦੀ ਜੇਕਰ ਗੱਲ ਕਰੀਏ ਤਾਂ ਜਦੋਂ ਬਦਲਾਵ ਆਉਂਦਾ ਕਿਸੇ ਵੀ ਇਨਸਾਨ ਦੇ ਵਿੱਚ ਤਾਂ ਕੋਈ ਨਾ ਕੋਈ ਮੁੱਖ ਕਾਰਨ ਰਹਿੰਦਾ ਉਹਦਾ ਤੁਹਾਡਾ ਮੁੱਖ ਕਾਰਨ ਕੀ ਰਿਹਾ ਇਹਦੇ ਵਿੱਚ ਦੇਖੋ ਜੀ ਪਹਿਲੇ ਤੁਹਾਨੂੰ ਤੁਸੀਂ ਦੇਖਿਆ ਸੀ ਕਿਸ ਤਰ੍ਹਾਂ ਦੇ ਸੀਗੇ ਚਲੋ ਜਦੋਂ ਇਸ ਲੈ ਸਿੱਖੀ ਸਰੂਪ ਦੇ ਬਾਣੀ ਪੜ੍ਹਨ ਲੱਗੇ ਹਾਂ ਅਤੇ ਬਾਣੀ ਦਾ ਉਚਾਰਨ ਵੀ ਕਰਦੇ ਕਈ ਵਾਰੀ ਇੰਨੀ ਨਹੀਂ ਆਉਂਦੀ ਐਵੇਂ ਮੂੰਹ ਮਿੱਠੂ ਬਣਨਾ ਸਾਨੂੰ ਆਦਤ ਨਹੀਂ ਵਧੇ ਕਿਉਂਕਿ ਜਿੰਨੀ ਕੁ ਸਾਨੂੰ ਬਾਣੀ ਆਉਂਦੀ ਆ ਠੀਕ ਆ ਬਾਕੀ ਕਰ ਰਹੇ ਹਾਂ ਰੋਜ਼ ਸਵੇਰੇ ਸ਼ਾਮ ਸਵੇਰੇ ਨਿਤਨੇਮ ਕਰੀਦਾ ਅਤੇ ਸ਼ਾਮ ਨੂੰ ਰਹਿਰਾਸ ਦਾ ਵੀ ਪਾਠ ਕਰੀਦਾ ਅਤੇ ਇਸੇ ਤਰ੍ਹਾਂ ਜਦੋਂ ਦੇਖਿਆ ਸੀ ਇਹ ਚੀਜ਼ ਨਾਲ ਕੁਦਰਤੀ ਨਾ ਲਗਨ ਲੱਗ ਜਾਂਦੀ ਹੈ ਬੰਦੇ ਨੂੰ ਉਹੀ ਲਗਨ ਸਾਡੇ ਅੰਦਰ ਬੈਠ ਗਈ ਫਿਰ ਉਸ ਤੋਂ ਬਾਅਦ ਕੁਦਰਤੀ ਇਹ ਸਭ ਕੁਝ ਪਤਾ ਨਹੀਂ ਕਿੱਦਾਂ ਹੋਇਆ ਕਿੱਦਾਂ ਨਹੀਂ ਬਸ ਮੇਰਾ ਮਨ ਜਿੱਦਾਂ ਉੱਧਰ ਵਹਿ ਗਿਆ ਹੁਣ ਬਸ ਜਿੱਦਾਂ ਲਗਨ ਲੱਗ ਗਈ ਸਿੱਖੀ ਨਾਲ ਪੂਰੀ ਹੁਣ ਇਹ ਲਗਨ ਬਸ ਅੰਤ ਤੱਕ ਹੀ ਰਹੂਗੀ ਮਰਦੇ ਦਮ ਤੱਕ ਇਸੇ ਤਰ੍ਹਾਂ ਇਹ ਜਦੋਂ ਅਸੀਂ ਕਿਸੇ ਦੀ ਸੇਵਾ ਕਰਦੇ ਹਾਂ ਜਾਂ ਕਿਸੇ ਜਦੋਂ ਕੋਈ ਗੱਲ ਹੁੰਦੀ ਆ ਹੁਣ ਤੁਸੀਂ ਦੇਖਿਆ ਸਿੰਘੂ ਮੋਰਚੇ ਦੇ ਵਿੱਚ ਗਏ ਉੱਥੇ ਅਸੀਂ ਸੇਵਾ ਕੀਤੀ ਉੱਥੋਂ ਇੱਕ ਇਨਸਾਨ ਮਿਲਿਆ ਉਸਨੇ ਇਹੋ ਜਿਹੀ ਗੱਲ ਕੀ ਮਤਲਬ ਜਿੱਦਾਂ ਹੁਣ ਇਕੱਠੇ ਹੋਏ ਸੀ ਸਰਦਾਰ ਜੀ ਅਗਰ ਆਪ ਨਾ ਹੋਤੇ ਤੋ ਵੈਸੇ
चलो बाकी परमात्मा की देन आ, पर उन्हां दा जिहड़ा इह हौसला, क्योंकि जदों कितें सरदार जां कोई मतलब सिक्खी कौम खड़ जांदी ना, वह अपना स्वार्थ छड्ड के लोगों की मदद लिए अगे आउंदी आ। यही साडी सोच आ, इसे करके यह बदलाव साडे लई इस च आया, क्योंकि असी जे देखिया कि असी अपनी बाणियां पढ़िया कि साडे गुरु पीर साडे जिहड़े सीगे मतलब दशम पिता दशमेश पिता गुरु गोबिंद सिंह जी, इन्हां दा अपने परिवार ही वारता, असी उन्हां दी लाइन ते चल के अपना सिक्खी सरूप उन्हां दा जिहड़ा दित्ता होया वरदान वह अपने सामभ के नहीं रख सकते। तो इस करके ये जड़ियां चीज़ां साढ़े जहन से आईया, इस करके इस लाइन से असी चल पे हाँ। तो वाहेगुरु सारे नूं असी यही कहिंदे कि केस कतल ना कराए जान, ये साडे गुरुआं दी जिहड़ी आ निशानी बख्शी आ, ते इसे नूं लैके असी अगे चलांगे। अक्सर सेवा करते हुए तुहानूं मैं देखिया, पर सेवा करते हुए पिछे जे एक वीडियो वायरल हुई कि एक ठेके वालियां दे खिलाफ बोलिया जांदा आ कि ठेके खुले हुए ने जां कुछ भी आ सरकारां दे खिलाफ, की लगता नहीं यार भी सच बोलना कौड़ा आ? तुहानूं पता ही है जी, तुसीं आप जाणी जाणो क्योंकि तुसीं पत्रकार हो, सच बोलना तो कौड़ा ही लगता, क्योंकि अज कल जिन्ने छिट्टे मारी जाण जिन्ने चमचेगिरी करी जाओ उस बंदे की बुक्कत आ अज के टाइम के, जे कोई सच बोलता जां कोई इदां दी गल करदा जां तां उहनूं आतंकवादी करार दित्ता जांदा जां उस ते परचा कर दित्ता जांदा जां उसकी आवाज़ दबाउण लई कोई मतलब गुंडागर्दी दे तरीके अपनाए जांदे, यही सरकारां दा हाल आ। हुण पिछे करके जिहड़ी तुसीं वीडियो की गल कर रहे हो वह अक्सर गल कुछ कोई होर ही सीगी ते बना कुछ होर ही दित्ती, वह असल च पुलिस वाले साडे मुंडिया दे डंडे मार रहे सीगे कि तुसीं रात नूं 10 बजे की कर रहे हो बाहर, जदों 9 बजे लॉकडाउन का टाइम होया सीगा। ते फोन आया मैनू, मैं फोन ते चलो उत्ते गया, मैं लाजमा नूं कहा, मैं कहा तुसीं रेहड़ी वाले नूं डंडे मार दिओ, आ साडे मुंडे नूं तुसीं कह रहे हो कि वह सैर करना, उन्होंने कहड़ी दुकानां खोलियां ने, 9 बजे तो बाद सैर करके अपने घर चले जाएंगे, तो तुहानूं आह ठेके नहीं दिखते, ठेके के बाहर वीडियो भी तुहानूं तुसीं देखी होनी है, एड्डी भीड़ लगी हुई सी, पुलिस वाले पता की कहिंदे, कहिंदे साडा इलाका नहीं है। उस तो बाद जदों असीं वीडियो बनाई साडे नाल बदसलूकी की गई, ठीक है, सानूं कुछ बंदे वालों चलो समझाया गया चलो कोई ना, फिर असीं वह वीडियो करती वायरल, क्योंकि साडे नाल जदों ये सच्चाई दसनी जरूरी है। तो उस तो बाद सरकारां दीआं शहत ठेकेदारां दीआं शहत मेरे ते कहिंदे 15 लाख लुट्टन आया सीगा ते कृपाना हाथ च सीगियां, तुसीं मैनूं दस दो वीडियो दे विच इदां दी कोई कृपान मैं फड़ी सी जां इदां दी ऑन दा कैमरा मैं गल कर रहा सीगा, ये मीडिया दे विच भी सारी गल हैगी है। तो यह जदों कोई सच बोलदा ना जां उसनूं लुटेरा बना दिता जांदा जां उसनूं आतंकवादी बना दिता जांदा ते जां उसदी आवाज़ दबाउण लई बड़े अनमनुखी तशद्दुद कीती जांदी उस ते, ते पुलिस मुलाजमां वल्लों पूरा प्रैशर पाया गया मेरे ते। पर मैं एको गल कही आ, जे तुसीं इह सोचदे कि मैं तुहाडे दबाव ते सच बोलना छड्ड दूंगा, इह तां जिंदगी च हो नहीं सकदा, क्योंकि मैं उस राह ते चल पिया जिस राह ते अगे अगे रास्ता हैगा, पिछे जाण दा कोई मोड़ नहीं हैगा। 323 346 और 506 दा परचा तुहाडे ते पिया, ते हरासमेंट किदां भी कीती गई जां किदां भी कोई गिरफ्तारी हुई, तुहाडी जमानत ते बाहर आए हो जां की रहा? गिरफ्तारी जी सानूं फैसले लई बुलाया गया सीगा दूजे तीजे दिन कि तेरे ते परचा हो गया, फैसला कर लिया के चलो असी उत्थे बलबीर सिंह इंचार्ज सारों ने ते उहनां दे कहिंदे असी चले गए, चलो असी जदों झूठे सच्चे सीगे झूठे नहीं सीगे इस करके गए हाँ, उत्थे जदों जाके गल गुल कीती सानूं बिठा लिया गया जबरदस्ती, बाकी उहनूं बाहर भेजता सानूं अंदर बंद कर दिता गया, मतलब काफ़ी देर इदा मेरे नाल कीती, एवें कही जाइए पुलिस मुलाजमान ने कोई अंदर चलो बदसलूकी नहीं कीती मेरे नाल, पर चंगी भी कोई गल नहीं कीती, क्योंकि बिठा के रखना किसी की शह ते एवें नजायज़ हरासमेंट करना यह भी बहुत वड्डी गल। उस तो बाद हुणे काफ़ी दिन तो एक रविंदर सिंह ASI आ उहदा नाम, वह बार बार फोन करता परनोट लिखाणा परनोट लिखाणा, मैं कहा हाले जी मैं नहीं लिखा सकता, तुसीं जे चक के लैके ना ले जा सकते हो, पर आपां जिहड़ी सच्चाई है सच्चाई ते खड़े हां। की ओ FIR दी कापी तुहानूं मिली आ भी वाकई ही तुहाडे ते परचा दर्ज होया? मैनूं हले तक कोई FIR दी कापी नहीं मिली, मैं मंग रहा पर मैनूं दे नहीं रहे, ठीक है, मैं कहा जे होई आ मैनूं दसो, तो वह हले तक कोई नहीं दे रहे, क्योंकि वह मैनूं यह कहिंदे ने जदों मेरी नाल गल हुई सी कहिंदे तू इदां दे कम्मां च ना पै पिछे हट जा, मैं कहा जी समाज सेवी दे तौर ते जे तुसीं इह सोचोगे कि मैं पिछे हट जाऊंगा यह नहीं हो सकता, तो मैं आवाज़ बुलंद करांगा, अज इह कोई छोटी गल आ इह ते कोई गल नहीं एड्डी, ये तो सच्चाई वाले छोटी आ, इस तो वड्डिया वड्डिया सच्चाइया सामने लैके आवेंगे। अक्सर देखा जाता इदा की कोई गलबात होंगी है तो पोलीटिकल बंदे जोड़े आ सियासी नेता जिन्होंने आप कह लिए तो वध चढ़ के मदद करने अगे आए हमेशा विरोधी पार्टियां जड़िया आदि सरकार दियाँ, तो मगर कोई फिलहाल कोई विरोधी धिर का नेता कोई ताकि सपोर्ट के इस मसले के खड़ा होया आके तो नहीं? देखो जी पोलीटिशन के काफ़ी के फोन आए हैं कहते दसो की करना, क्योंकि असी एक समाज सेवी हाँ, ठीक है, समाज सेवी होने के नाते साडा कोई फर्ज बनता, क्योंकि असी लोगों विचरते हैं, जे असी
मतलब ये चीज़ां पॉलिटिक्स, क्योंकि उसने अपनी पार्टी का नाम लैना, उसने अपनी पार्टी का नाम लैना, ठीक है, अपने अपने पार्टी उहदे विच बिसना की आ मैं, ठीक है। इस करके असी कोई इदां दी किसी नाल गल नहीं की, मैं कोई गल नहीं, मेरे नाल पूरा महला है, पूरा मेरे नाल मेरे सपोर्टर ने सारे धरना लाए सी, सारे आए सीगे, सारे मैनू सपोर्ट करते पए ने, दो तीन वकील ने जिहड़े मतलब किसानी संघर्ष के भी केस लड़ रहे हैं, उन्होंने भी मेरा केस लड़न का क्या कहता, तू टेंशन ना ली, जे बाई चांस तू रिट भी लानी पई, असी रिट भी लावांगे इहनां दे खिलाफ जे इह कारवाई कर दें तां। इस करके ते बाकी तुसीं आप समझ सकते हो, सच बोलना एडा कौड़ा लगता इन्हां नूं कि जदों लॉकडाउन का टाइम सीगा, करोना का टाइम सीगा, ठीक है, कैप्टन साहब नूं उदों लोकी दिखे नहीं, ठीक है, उदों साडे वर्गे संस्थावां वाले दी लोड़ सीगी, अज जदों इह काम आई आ उदों भी संस्थावां वाले दे परचा करदे ने, इह अक्सर साढ़े नाल नहीं होया, यह तो कई हो गया, हूँ तुम देखिए पिछे करके ईडी ने मनुखता की सेवा जोड़ा रब रूप मनिया जाता बंदा उत्ते भी लोगों ने एन आई ए की इनवैसटीगेशन भेज दी, इस तो उपर की हो सकता। अज फिर सरकार वालों लॉकडाउन लगा दिता गया हरियाणा के भी, जो आप गल कर लिए उत्थे भी 7 दिन का लॉकडाउन, और इतने पंजाब भी 15 मई तक लॉकडाउन, सरकार के इस फैसले को सही मानते हो कि नहीं? मैं तो बिल्कुल नहीं सही मानता जी, क्योंकि यह कैप्टन की दोगली राजनीति है, जे चलो बेअदबी कांड भी चलो आप पिछे छड़ दिंदे आ, क्योंकि बेअदबी कांड का वो सानू पता सी इसने कोई करना नहीं, एवें चुचलेबाजी कर दिया, उस तो बाद लॉकडाउन दी गल्लां करदा है, क्योंकि ये कहिंदा मैं जबान ते खरा उतरदा, अज जदों इसने पिछे करके तुसीं देखिया होगा इस लाइव होके पेज ते दस्से सी कि डीसीआं नूं मैं हुक्म दिंदा कि डीसी ते लॉकडाउन लगा सकदे अपने अपने शहर दे विच, ते जदों उत्थे इहदा यार मोदी, यार ही कहांगे हुणे, इहदा यार मोदी जदों उत्थे हार गया, ठीक है, उस तो बाद 7 बजे लॉकडाउन 15 दिन का लॉकडाउन करता, तो 15 दिन तो लॉकडाउन तो बाद इन्हें किसानों अपील की कि धरने चक लैन, यह कौन हों किसानों कहने वाला, मैं थोड़े चैनल के थ्रू सीधी यह धमकी समझ लो या सीधी यह चेतावनी समझ लो, ये कैप्टन साहब को कहना चाहता कि तेरी राजनीति साढ़े नौजवान समझ चुके हैं, इस करके तू ये भुलेखे च ना रही कि तू लॉकडाउन लावेगा, तेरे लॉकडाउन का असं समर्थन करा, असं विरोध करते हैं तो करते रहेंगे, तो धरना उस तरह चलूगा जिस तरह पहले चलता सीगा, तो जित के वापस मुड़ा। किसानों की आप गल कर लिए, जो तुम भी दिल्ली जाके आए हो, कि लगता कि हल निकल पाऊगा कि नहीं? बिल्कुल निकल पाऊगा जी हल, क्योंकि जोड़े किसान के आगू ने जोड़े उत्थे बैठे ने जोड़े नेता बने किसान के नेता, वो भी राजनीतिक दल बड़े हुए हैं, ਸੀ ਸਾਡੇ ਦੋ ਜਿਹੜੇ ਨੌਜਵਾਨ ਆਗੂ ਹੋਣੇ ਬਾਹਰ ਆਇਆ ਤਾਂ ਅਸੀਂ ਦੇਖਿਆ ਦੀਪ ਸਿੱਧੂ ਅਤੇ ਲੱਖਾ ਸਿਧਾਣਾ, ਅਸੀਂ ਤਾਂ ਉਹਨਾਂ ਨੂੰ ਆਗੂ ਮੰਨਾਂਗੇ, ਚਾਹੇ ਲੋਕਾਂ ਲਈ ਜੋ ਮਰਜ਼ੀ ਆ, ਸਾਡੇ ਲਈ ਉਹ ਸਾਡੇ ਰੋਲ ਮਾਡਲ ਨੇ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਪਤਾ ਨੌਜਵਾਨਾਂ ਨੂੰ ਇੱਕ ਆਵਾਜ਼ ਬੁਲੰਦ ਕਰਨ ਲਈ ਨੌਜਵਾਨ ਆਗੂ ਦੀ ਲੋੜ ਸੀਗੀ, ਉਹ ਸਾਨੂੰ ਦੋ ਮਿਲ ਚੁੱਕੇ ਨੇ, ਅਸੀਂ ਉਹਨਾਂ ਨੂੰ ਮੂਹਰੇ ਲਾ ਕੇ ਚੱਲਾਂਗੇ ਅਤੇ ਕਿਸਾਨੀ ਸੰਘਰਸ਼ ਉਸੇ ਤਰ੍ਹਾਂ ਜਿੱਤਾਂਗੇ ਜਿਸ ਤਰ੍ਹਾਂ ਪਹਿਲੇ ਚੱਲਦਾ ਸੀਗਾ, ਆਹ ਥੋੜ੍ਹਾ ਜਿਹਾ ਤੁਹਾਨੂੰ ਪਤਾ ਰਾਜਨੀਤਿਕ ਦਲਾਂ ਨੇ ਰਾਜਨੀਤਿਕ ਪਾਰਟੀਆਂ ਨੇ ਸੰਘਰਸ਼ ਨੂੰ ਠੰਡਾ ਕਰਨ ਲਈ ਬਹੁਤ ਕੁਝ ਕੀਤਾ, ਠੀਕ ਆ, ਉਹਨੇ ਤੁਸੀਂ ਦੇਖੋ ਆਕਸੀਜਨ ਦੀ ਲੋੜ ਆ, ਜੇ ਸਰਕਾਰਾਂ ਦੀ ਗੱਲ ਕੀਤੀ ਜਾਵੇ ਕਿ 70 ਸਾਲ ਦੇ ਵਿੱਚ ਕੀ ਕੀਤਾ, ਜਾਂ ਮਤਲਬ ਇਸ ਹੁਣ ਤੱਕ ਰਾਜਨੀਤਿਕ ਪਾਰਟੀਆਂ ਨੇ ਕੀ ਕੀਤਾ ਆਪਣੇ ਦੇਸ਼ ਲਈ, ਆਪਣੇ ਪੰਜਾਬ ਲਈ, ਆਕਸੀਜਨ ਦੀ ਕਮੀ ਹੋ ਗਈ, ਆਕਸੀਜਨ ਖਤਮ ਹੋ ਗਈ, ਸੰਸਥਾਵਾਂ ਵਾਲੇ ਅੱਗੇ ਆ ਰਹੇ ਨੇ, ਗੁਰਦੁਆਰੇ ਵਾਲੇ ਅੱਗੇ ਆ ਰਹੇ ਨੇ, ਠੀਕ ਆ, ਅੱਜ ਦੇ ਟਾਈਮ 'ਚ ਤੁਸੀਂ ਦੇਖ ਲਓ ਤਾਂ ਕੀ ਸਰਕਾਰਾਂ ਵੱਲੋਂ ਕੀ ਮਦਦ ਮਿਲ ਰਹੀ ਹੈ, ਠੀਕ ਆ, ਲੋਕ ਤਹਿਸ ਤਹਿਸ ਕਰ ਰਹੇ ਨੇ, ਹੋਸਪਿਟਲਾਂ ਦੇ ਵਿੱਚ ਲੋਕਾਂ ਨੂੰ ਮਤਲਬ ਇਹਦੀ ਬਦਸਲੂਕੀ ਕੀਤੀ ਜਾ ਰਹੀ ਆ, ਇਹ ਕਿਉਂ ਹਰ ਮਤਲਬ ਜੇ ਦੇਖਿਆ ਕਰੋਨਾ ਦਾ ਟੀਕਾ ਲੱਗ ਜਾਂਦਾ ਦੂਜੇ ਦਿਨ ਬੰਦੇ ਦੀ ਡੈਥ ਹੋ ਜਾਂਦੀ ਆ, ਹੋਸਪਿਟਲ 'ਚ ਆਕਸੀਜਨ ਨਹੀਂ ਮਿਲਦੀ ਬੰਦੇ ਦੀ ਡੈਥ ਹੋ ਜਾਂਦੀ ਆ, ਇਹ ਕਿਉਂ ਹੋ ਰਿਹਾ? ਇਹਨਾਂ ਨੇ ਕਿਹਾ ਦੋ ਇਹ 4 ਪਹੀਆ ਵਾਹਨ ਦੇ ਵਿੱਚ 2 ਬੰਦੇ ਬੈਠਣਗੇ, ਸਰਕਾਰ ਦਾ ਇਹ ਜਿਹੜਾ ਕਹਿੰਦੇ ਉਹ ਆ ਗਾਈਡਲਾਈਨਸ ਜਾਰੀ ਕੀਤੀਆਂ ਨੇ, 2 ਪਹੀਏ 4 ਪਹੀਆ ਵਾਹਨ 'ਚ 2 ਬੰਦੇ ਬੈਠਣਗੇ, ਫਿਰ ਇਹ MLA MP ਜਿਹੜੇ ਇਹਨਾਂ ਦੇ 4-4 ਜਿਪਸੀਆਂ ਲੈ ਕੇ 10-10 ਬੰਦੇ ਬਿਠਾ ਕੇ, ਉਹਨਾਂ ਦੇ ਉਹਨਾਂ ਲਈ ਵੀ ਰੂਲ ਸੇਮ ਹੀ ਹੋਣਾ ਚਾਹੀਦਾ, ਕੈਪਟਨ ਸਾਹਿਬ ਇਹਨਾਂ ਲਈ ਵੀ ਰੂਲ ਸੇਮ ਹੀ ਹੋਣਾ ਚਾਹੀਦਾ, ਕਿਉਂ ਇਹ ਕਿਉਂ ਹੋ ਰਿਹਾ? ਜਦੋਂ ਇਹਦੀ ਪੋਤੀ ਦਾ ਵਿਆਹ ਸੀ ਉਦੋਂ ਕਰੋਨਾ ਭੱਜ ਗਿਆ ਸੀਗਾ, ਉਦੋਂ ਕਰੋਨਾ ਛੁੱਟੀ 'ਤੇ ਗਿਆ ਸੀ, ਜਦੋਂ ਇਹਦੀ ਪੋਤੀ ਦਾ ਵਿਆਹ ਹੋ ਕੇ ਹਟਿਆ ਉਸ ਤੋਂ ਬਾਅਦ ਕਰੋਨਾ ਨਾਲ ਹੀ ਆ ਗਿਆ। ਇਹ ਵੀਰੇ ਇੱਕ 5G ਤੁਸੀਂ ਦੇਖਿਆ ਅੰਬਾਨੀ ਅਡਾਨੀਆਂ ਨਾਲ ਮਿਲ ਕੇ, ਕੈਪਟਨ ਵੀ ਨਾਲ ਹੀ ਮਿਲਿਆ, ਮੋਦੀ ਵੀ ਨਾਲ ਮਿਲਿਆ, ਇਹਨਾਂ ਨੇ 5G ਜਿਹੜੀ ਰਟੀਨਾ ਛੱਡੀ ਹੋਣਾ, 5G ਸਿਮ ਲਾਂਚ ਹੋਣਾ, ਇਹ ਉਹਦਾ ਅਸਰ ਆ। ਇਹ ਕੋਈ ਕਰੋਨਾ ਨਹੀਂ ਹੈ, ਕਰੋਨਾ ਇੱਕ ਸੀਗੀ ਬਿਮਾਰੀ ਉਹ, ਪਰ ਉਹ ਇੰਨੀ ਭਿਆਨਕ ਬਿਮਾਰੀ ਸੀ ਜਿੰਨੀ ਇਹਨਾਂ ਨੇ ਬਣਾਤੀ ਆ, ਠੀਕ ਆ। ਤੁਹਾਨੂੰ ਪਿੱਛੇ ਕਰਕੇ ਦੇਖਿਆ ਹੋਊਗਾ ਤੁਸੀਂ ਬੰਦੇ ਨਾਲ ਕਰੰਟ ਲੱਗਦਾ ਸੀ, ਇਹ ਉਹੀ ਰੇਂਜਾਂ ਨੇ। ਜੇ ਇਹਨਾਂ ਰੇਂਜਾਂ 'ਤੇ ਕੰਟਰੋਲ ਕੀਤਾ ਜਾਊਗਾ ਨਾ, ਜੇ ਸਰਕਾਰਾਂ ਨੂੰ ਅੱਗੇ ਇਹ ਕੰਟਰੋਲ ਕਰਨਗੀਆਂ ਤਾਂ ਜਾ ਕੇ ਇਸ ਬਿਮਾਰੀ ਦਾ ਹੱਲ ਹੋ ਸਕਦਾ, ਨਹੀਂ ਤਾਂ ਇਹਨਾਂ ਕੋਲ ਕੁਛ ਨਹੀਂ ਆ, ਕੱਖ ਵੀ ਨਹੀਂ ਆ। ਇਸ ਕਰਕੇ ਲੋਕਾਂ ਨੂੰ ਬੇਨਤੀ ਆ, ਨੌਜਵਾਨਾਂ ਨੂੰ ਬੇਨਤੀ ਆ, ਆਪਾਂ ਇਹਨਾਂ ਦਾ ਵਿਰੋਧ ਕਰਨਾ, ਇਹਨਾਂ ਨੂੰ ਸਵਾਲ ਪੁੱਛਣੇ ਨੇ,
ਆਪਾਂ ਬੋਤਲਾਂ ਪਿੱਛੇ ਆਪਣਾ ਵੋਟ ਨਹੀਂ ਆਪਣੀ ਗਵਾਉਣੀ, ਜਿੱਦਾਂ ਬੰਗਾਲ ਦੇ ਵਿੱਚ ਲੋਕਾਂ ਨੇ ਕੀਤਾ ਨਾ ਉਹੀ ਅਸੀਂ ਪੰਜਾਬ ਦੇ ਵਿੱਚ ਅੱਜ ਕਾਇਮ ਕਰਕੇ ਰਹਾਂਗੇ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਇਹੋ ਜਿਹੀ ਸਰਕਾਰ ਬਣਾਵਾਂਗੇ ਜਿਹੜੀ ਕਿ ਆਮ ਲੋਕਾਂ ਵਿੱਚ ਵਿਚਰੇ। ਸਮਾਜ ਸੇਵਾ ਕਰਦੇ ਹੋ, ਸਮਾਜ ਦੇ ਵਿੱਚ ਲੋਕਾਂ ਦੇ ਨਾਲ ਵਿਚਰਦੇ ਹੋ, ਬੰਗਾਲ ਦੇ ਵਿੱਚ ਬੀਜੇਪੀ ਹਾਰੀ ਆ, ਕੀ ਲੱਗਦਾ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਸਰਕਾਰ ਹੋਣੀ ਚਾਹੀਦੀ ਹੈ, ਲੋਕਾਂ ਦੀ ਕੀ ਡਿਮਾਂਡ ਆ, ਕਿਉਂਕਿ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਤੁਸੀਂ ਰਹਿੰਦੇ ਹੋ? ਮੇਰੇ ਹਿਸਾਬ ਨਾਲ ਜੀ ਆਉਣ ਵਾਲੀ ਸਰਕਾਰ ਕੋਈ ਰਾਜਨੀਤਿਕ ਪਾਰਟੀ ਨਹੀਂ ਹੋਣੀ ਚਾਹੀਦੀ, ਕਿਉਂਕਿ ਨੌਜਵਾਨ ਜਿਹੜੇ ਚਿਹਰੇ ਨੇ ਉਹਨਾਂ ਨੂੰ ਆਗੂ ਕਰਨਾ ਅੱਗੇ ਕਰਨਾ ਚਾਹੀਦਾ, ਕਿਉਂਕਿ ਤੁਸੀਂ ਦੇਖਿਆ ਆਪਣੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਪਤਾ ਕਿੰਨੇ ਕਿੰਨੇ ਸਾਲ ਦੇ ਹੁੰਦੇ ਨੇ, ਕਿਸੇ ਦੀ 60 ਸਾਲ ਤੋਂ ਉੱਪਰ ਉਮਰ, ਕਿਸੇ 70, ਜਿਸ ਨੂੰ ਆਪਣੇ ਜਿਸ ਨੂੰ ਘਰੇ ਬੈਠਣ ਦਾ ਟਾਈਮ ਆਉਂਦਾ ਉਸਨੂੰ ਅਸੀਂ ਮੁੱਖ ਮੰਤਰੀ ਬਣਾ ਦਿੰਦੇ ਹਾਂ, ਉਹ ਕੀ ਦੇਸ਼ ਚਲਾਊਗਾ? ਹੁਣ ਮੋਦੀ ਦਾ ਤੁਸੀਂ ਦੇਖ ਲਓ, ਉਹਦਾ ਪਰਿਵਾਰ ਹੈਗਾ ਨਹੀਂ, ਉਹਨੇ ਉਹਨੂੰ ਦੇਸ਼ ਚਲਾਉਣ ਲਈ ਬਿਠਾਤਾ ਜਿਹੜਾ ਕਿ ਕਟਪੁਤਲੀ ਅੰਬਾਨੀ ਅਡਾਨੀ ਦੀ, ਅਤੇ ਦੂਜੇ ਪਾਸੇ ਕੈਪਟਨ ਉਹਦੀ 70-80 ਸਾਲ ਦੀ ਉਮਰ ਹੋ ਗਈ ਆ, ਉਹ ਕੀ ਸਰਕਾਰ ਚਲਾਊ? ਕਿਉਂਕਿ 70-80 ਸਾਲ ਦੀ ਉਮਰ ਵਿੱਚ ਦਿਮਾਗ ਸਠਿਆ ਜਾਂਦਾ ਬੰਦੇ ਦਾ, ਇਸ ਲਈ ਸਾਨੂੰ ਨੌਜਵਾਨ ਆਗੂਆਂ ਦੀ ਲੋੜ ਆ, ਕੋਈ ਨਵੀਂ ਧਿਰ ਆਉਣੀ ਚਾਹੀਦੀ ਹੈ, ਜਿਹੜੀ ਨਵੀਂ ਧਿਰ ਕਹਿੰਦੇ ਆ ਕਿ ਇੱਕ ਸਾਨੂੰ ਰਾਜਨੀਤਿਕ ਜਿੱਦਾਂ ਅੰਦੋਲਨ ਦੇ ਵਿੱਚੋਂ ਇੱਕ ਰਾਜਨੀਤਿਕ ਪਾਰਟੀ ਕੱਢਣੀ ਚਾਹੀਦੀ ਹੈ। ਇਸ ਕਰਕੇ ਬੇਨਤੀ ਹੈ ਸਾਨੂੰ ਜਿਹੜੇ ਸਾਡੇ ਨੌਜਵਾਨ ਆਗੂ ਨੇ ਉਹਨਾਂ ਨੂੰ ਜੇ ਸੁਣਦੇ ਹੋਣ ਸਾਡੀ, ਇੱਕ ਰਾਜਨੀਤਿਕ ਪਾਰਟੀ ਕੱਢ ਕੇ ਉਹ ਅਸੀਂ ਪੰਜਾਬ ਦੇ ਵਿੱਚ ਵਿਚਰਾਂਗੇ ਅਤੇ ਆਪਣੇ MLA MP ਬਣਾ ਕੇ ਅੱਗੇ। ਆਮ ਲੋਕਾਂ ਦੀ ਕੀ ਆਵਾਜ਼ ਆ ਵੀ ਪੰਜਾਬ 'ਚ ਕਿਹੜੀ ਪਾਰਟੀ ਬਣਨੀ ਚਾਹੀਦੀ ਹੈ? ਆਮ ਲੋਕਾਂ ਦੀ ਇਹੀ ਹੈ ਕੋਈ ਤੀਜੀ ਧਿਰ ਆਵੇ ਨਵੀਂ, ਜਿਹੜੀ ਕਿ ਮਤਲਬ ਲੋਕਾਂ ਬਾਰੇ ਸੋਚ ਸਕੇ। ਤੀਜੀ ਧਿਰ ਤੁਸੀਂ ਕਿਸਾਨ ਅੰਦੋਲਨ ਦੇ ਵਿੱਚੋਂ ਹੀ ਆ ਸਕਦੀ ਹੈ। ਆਮ ਆਦਮੀ ਪਾਰਟੀ ਬਾਰੇ ਤੁਹਾਡੇ ਕੀ ਵਿਚਾਰ? ਆਮ ਆਦਮੀ ਪਾਰਟੀ ਬਾਰੇ ਸਰ ਕੋਈ ਇੱਦਾਂ ਦੇ ਵਿਚਾਰ ਨਹੀਂ, ਕਿਉਂਕਿ ਆਮ ਆਦਮੀ ਪਾਰਟੀ ਵੀ ਇੱਕ RSS ਦੀ ਨਿਕਲੀ ਹੋਈ ਪਾਰਟੀ ਆ। ਜੇ ਅਸੀਂ ਕਹਿ ਦਈਏ ਕਿ ਉਹ ਸਾਡੇ ਪੰਜਾਬ ਲਈ ਇੱਕ ਵਧੀਆ ਉਹ ਹੁਣੇ ਪਤਾ ਕੀ ਗੱਲ ਆ, RSS ਦਾ ਇੱਕੋ ਹੀ ਮੁੱਦਾ ਹੁੰਦਾ, ਯੂਸ ਐਂਡ ਥਰੋ। ਉਸਨੇ ਮੋਦੀ ਨੂੰ ਯੂਸ ਕਰ ਲਿਆ, ਬਸ ਥਰੋ ਦਾ ਕੰਮ ਆ ਗਿਆ। ਉਸ ਤੋਂ ਬਾਅਦ ਹੁਣ ਇਹ ਕੇਜਰੀਵਾਲ ਵੀ ਉਹਦੇ ਵਿੱਚੋਂ ਨਿਕਲੀ ਪਾਰਟੀ ਆ। ਜੇ ਅਸੀਂ ਕਹਿ ਦਈਏ ਕਿ ਉਹ ਸਾਡੇ ਅਕਾਲੀ ਸਾਡੇ, ਕਿਉਂਕਿ ਜਦੋਂ ਕੋਈ ਨਵਾਂ ਅੰਬਾਨੀ ਦਾ ਤੁਸੀਂ ਦੇਖਿਓ ਸਿਮ ਆਇਆ ਸੀਗਾ, ਠੀਕ ਹੈ, ਜੀਓ ਦਾ, ਘੱਟੋ ਘੱਟ 1.5 ਸਾਲ ਲੋਕਾਂ ਨੇ ਇੱਦਾਂ ਨੈੱਟ ਫੂਕਿਆ ਕਿ ਆਹ ਨਜ਼ਾਰੇ ਲਿਆ ਤੇ, ਹੁਣ ਉਹੀ ਨੈੱਟ ਬੰਦਾ ਪਵਾਉਂਦੇ ਹੋਏ ਚੀਕਾਂ ਮਾਰਦਾ ਹੈ। ਉਹੀ ਹਾਲ ਆਮ ਆਦਮੀ ਦਾ, ਉਹਨਾਂ ਨੇ ਸਾਰਾ ਕੁਝ ਦੇਣਾ ਪਹਿਲੇ, ਬਾਅਦ 'ਚੋਂ ਉਹਨਾਂ ਨੇ ਵੀ ਇਹੀ ਹਾਲ ਕਰਨਾ। ਇਸ ਕਰਕੇ ਕੋਈ ਤੀਜੀ ਧਿਰ ਆਵੇ ਜਿਹੜੇ ਕਿ ਸਾਡੇ ਨੌਜਵਾਨ ਆਗੂ ਅੱਗੇ ਆਉਣ, ਠੀਕ ਹੈ। ਪਾਰਟੀ ਆਪਾਂ ਇਹ ਨਹੀਂ ਕਹਿੰਦੇ ਮੈਟਰ ਕਿ ਅੰਦੋਲਨ ਦੇ ਵਿੱਚੋਂ ਇੱਕ ਨਵੀਂ ਪਾਰਟੀ ਕੱਢ ਕੇ ਲਿਆਈ ਜਾਵੇ ਤਾਂ ਜਾ ਕੇ ਇਸ ਪੰਜਾਬ ਦਾ ਕੋਈ ਹੱਲ ਹੋਊਗਾ, ਕਿਉਂਕਿ ਪੰਜਾਬ ਦੇ ਸੱਭਿਆਚਾਰ ਨੂੰ ਖਤਮ ਕਰ ਲਈ, ਪੰਜਾਬ ਨੂੰ ਖਤਮ ਕਰ ਲਈ, ਪਤਾ ਨਹੀਂ ਕਿੰਨੇ ਲੋਕ ਆਏ ਕਿੰਨੇ ਗਏ ਅਤੇ ਪੰਜਾਬ ਉੱਥੇ ਹੀ ਖੜ੍ਹਾ, ਕਿਉਂਕਿ ਇਹ ਗੁਰੂ ਅਪੀਰਾ ਸਾਡੇ ਜਿਹੜੇ ਹਰੀ ਸਿੰਘ ਨਲੂਆ, ਬਾਬਾ ਦੀਪ ਸਿੰਘ ਅਤੇ ਦਸਮ ਪਿਤਾ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਜੀ ਦੇ, ਉਹਨਾਂ ਦੀ ਇਹ ਧਰਤੀ ਆ ਅਤੇ ਇਸ ਨੂੰ ਕੋਈ ਹਿਲਾ ਨਹੀਂ ਸਕਦਾ, ਅਤੇ ਇਸ ਕਰਕੇ ਸਾਰਿਆਂ ਨੂੰ ਅਪੀਲ ਆ ਕਿ ਇੱਕ ਨਵੀਂ ਧਿਰ ਆਈ ਜਾਵੇ। ਜਿਵੇਂ ਹੁਣ ਤੁਸੀਂ ਦੱਸਿਆ ਕਿ ਪਰਚੇ ਪਤਾ ਨਹੀਂ ਪਏ ਆ ਕਿ ਨਹੀਂ ਪਏ, ਪਰ ਹਰਾਸ਼ਮੈਂਟ ਵੀ ਹੋਈ ਆ ਕਿਤੇ ਨਾ ਕਿਤੇ, ਔਰ ਇਸ 'ਤੇ ਤੁਸੀਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਕੀ ਮੰਗ ਕਰਦੇ ਹੋ? ਉੱਚ ਅਧਿਕਾਰੀਆਂ ਨੂੰ ਇਹੀ ਮੰਗ ਕਰਦੇ ਹਾਂ ਕਿ ਪਰਮਾਤਮਾ ਸਾਨੂੰ ਵਰਦੀ ਦਿੰਦਾ ਆ ਜਾਂ ਕੋਈ ਇੱਦਾਂ ਦਾ ਅਹੁਦਾ ਦਿੰਦਾ, ਤੁਸੀਂ ਪੜ੍ਹ ਲਿਖ ਕੇ ਇੱਥੇ ਆਉਂਦੇ ਹੋ ਅੱਗੇ, ਅਤੇ ਤੁਸੀਂ ਜੇ ਆਮ ਆਦਮੀ ਆਮ ਬੰਦੇ ਲਈ ਨਾ ਕੋਈ ਵਧੀਆ ਕੰਮ ਕਰੋਗੇ, ਇੱਕ ਸਮਾਜ ਸੇਵੇ ਦੀ ਆਵਾਜ਼ ਦਬਾਉਣ ਲਈ ਇਹ ਕੰਮ ਕਰੋਗੇ ਕਿ ਪੋਲੀਟੀਸ਼ਨਾਂ ਮਗਰ ਲੱਗ ਕੇ, ਮੈਂ ਨਹੀਂ ਉਹਨਾਂ ਨੂੰ ਅਫਸਰ ਨਹੀਂ ਮੰਨਦਾ, ਕਿਉਂਕਿ ਪਤਾ ਕੀ ਗੱਲ ਆ, ਅਫਸਰ ਸ਼ਾਹੀ ਉਹੀ ਹੁੰਦੀ ਹੈ ਜਿਹੜੀ ਆਪਣੇ ਦਮ 'ਤੇ ਹੋਵੇ। ਜਿੱਦਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤਾ, ਅਸਤੀਫਾ ਦੇਤਾ ਪਰ ਇਨ ਨਹੀਂ ਮੰਨੀ, ਦੁਬਾਰਾ ਸਿੱਟ ਬੈਠ ਸਕਦਾ ਸੀ, ਬੜਾ ਕੁਛ ਲੈ ਸਕਦਾ ਸੀ, ਪਰ ਉਸਨੇ ਇੰਨੀ ਮੰਨੀ, ਅਤੇ ਇਸ ਕਰਕੇ ਅਫਸਰਾਂ ਨੂੰ ਅਪੀਲ ਆ ਕਿ ਅੱਜ ਇਹ ਮੇਰੇ ਨਾਲ ਹੋਇਆ, ਕੱਲ੍ਹ ਨੂੰ ਰੱਬ ਨਾ ਕਰੇ ਕੋਈ ਇੱਦਾਂ ਦਾ ਸਮਾਜ ਸੇਵੀ ਵੀ ਜਿਹੜਾ ਡਿਪਰੈਸ਼ਨ 'ਚ ਹੋਵੇ ਜਾਂ ਕੋਈ ਇੱਦਾਂ ਦੀ ਗੱਲ ਹੋਵੇ, ਅਗਲਾ ਆਪਣੇ ਆਪ ਨੂੰ ਕੁਛ ਕਰ ਲਵੇ। ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਸਮਾਜ ਸੇਵਾ ਦਾ ਮਤਲਬ ਇਹ ਆ ਕਿ ਜਦੋਂ ਕੋਈ ਲੋਕਾਂ ਲਈ ਆ ਕੇ ਖੜ੍ਹਦਾ ਆ, ਤੁਸੀਂ ਉਸਨੂੰ ਖੜ੍ਹਨ ਕਿਉਂ ਨਹੀਂ ਦਿੰਦੇ, ਨਾ ਤੁਸੀਂ ਆਪ ਕਰਨਾ ਨਾ ਕਿਸੇ ਨੂੰ ਕਰਨ ਦੇਣਾ। ਇਸ ਕਰਕੇ ਤੁਸੀਂ ਇਸ ਕਰਪਸ਼ਨ ਨੂੰ ਜੇ ਮਿਟਾਉਣਾ ਚਾਹੁੰਦੇ ਹੋ, ਪਹਿਲੇ ਆਪਣੇ ਅਧਿਕਾਰੀਆਂ ਨੂੰ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨੂੰ ਇਹ ਅਪੀਲ ਆ ਕਿ ਤੁਸੀਂ ਆਪ ਥੋੜ੍ਹਾ ਆਪਣੇ ਫੈਸਲੇ ਆਪ ਲਿਆ ਕਰੋ ਕਿ ਤੁਸੀਂ ਦੇਖੋ ਸੱਚ ਸਹੀ ਕੀ ਆ ਗਲਤ ਕੀ ਆ, ਅਤੇ ਇਸ ਕਰਕੇ ਉਹਨਾਂ ਨੂੰ ਅਪੀਲ ਆ ਕਿ ਇੱਦਾਂ ਦੇ ਅੱਜ ਮੇਰੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋਵੇ, ਅਤੇ ਇਹ ਜਿਹੜੇ ਪਰਚੇ ਨੇ ਜਿਹੜੇ ਮੇਰੇ 'ਤੇ ਪਰਚਾ ਹੋਇਆ ਰੱਦ ਕੀਤਾ ਜਾਵੇ। ਇਸੇ ਨਾਲ ਸੁਨੇਹਾ ਕੀ ਦੇਣਾ ਚਾਹੁੰਦੇ ਹੋ, ਕਿਉਂਕਿ ਕਾਫੀ ਜ਼ਿਆਦਾ ਸੇਵਾ ਦੇ ਵਿੱਚ ਤੁਹਾਨੂੰ ਅਕਸਰ ਮੈਂ ਦੇਖਿਆ ਹੋਇਆ ਅਤੇ ਤਰ੍ਹਾਂ ਤਰ੍ਹਾਂ ਸੇਵਾ ਕਰਦੇ ਰਹਿੰਦੇ, ਮਤਲਬ ਕਿ ਹਰ ਚੀਜ਼ ਨੂੰ ਪਿੱਛੇ ਛੱਡ ਗਏ, ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਮੈਂ ਤੁਹਾਡੇ ਅੰਦਰ ਦੇਖਿਆ ਹਾਲੇ ਤੱਕ, ਨੌਜਵਾਨ ਪੀੜ੍ਹੀ ਨੂੰ ਕੀ ਸੁਨੇਹਾ ਅੱਜ ਦੇ ਸਮੇਂ ਦੇ ਵਿੱਚ? ਨੌਜਵਾਨ ਪੀੜ੍ਹੀ ਨੂੰ ਇਹੀ ਸੁਨੇਹਾ ਕਿ ਦੇਖੋ ਪਤਾ ਕੀ ਗੱਲ ਆ, ਜੇ ਪੜ੍ਹਾ ਹੁਣ ਤੁਸੀਂ ਬੰਗਾਲ ਦੀ ਮਿਸਾਲ ਦਿੱਤੀ ਜਾਂਦੀ ਹੈ, ਕਿਉਂਕਿ ਬੰਗਾਲ ਅਤੇ ਕੇਰਲ ਤੋਂ ਉੱਪਰ ਕਿੱਥੇ ਮਿਸਾਲ ਨਹੀਂ, ਕਿਉਂਕਿ ਉੱਥੇ ਪੜ੍ਹੇ ਲਿਖੇ ਲੋਕ ਬਹੁਤ ਨੇ,
कि जिन्ना स्टडी करोगे, जिन्ना पढ़ोगे, जिन्ना सवाल करांगे असी किसी नूं, उन्ना ही साडे लई वधिया। जे मूँह च दही जमा के बैठे रहांगे तो चपेड़ा खा ली तैयार हो जाओ, अगे होर सरकार आ जाऊगी भी चपेड़ा मारूगी, पांच साल ही फिर चपेड़ा ही पैने जिदा हुणे पईआं ने, हुणे पै रहीआं ने। इस करके आपां लानता पाण नालों ना, आपां धरने लाण नालों, आपां किसी नूं की नाम आहा रोड़ा रोड जाम करन नालों ना, पहले ही इहो जी रणनीति अपना लईए। नौजवान अगे आउण ते अपने अपने लीडर आप चुनन, क्योंकि बंदे नूं देख के वोट पाओ, पार्टी नूं देख के ना पाओ। जे वोट पाउणी आ बंदा तुसीं देखो, बंदा चुनो किस तरह दा, पैसों पिछे वोट ना, विचो दारू पिछे पैसों पिछे। मैं देखिया चाहे जिन्ना मर्जी मैं भौंक लवा वीडियो दे विच, जिन्ना मर्जी रो लवा, पर नौजवानों ने करना उही आ, ठीक आ। तो कि जो वोट आनी आ पैसों पिछे जमीन बेच लेना, ठीक है, दारू बोतल पिछे जमीन बेच लेना, इतने हड़कंप मच जाता वोटा के टाइम के जिप्सियां भर भर के दारू पैसे वरते जाने, यह चीज़ा ना करो। बंगाल ने लोगों ने साबित करता, एक कल्ली लेडी ने प्रधानमंत्री टिकाने लाता, तो वह किसकी वजह करके लोग उजागर सके, लोगों के लालच नहीं सगा, दारू का लालच नहीं सगा। अज उत्थे सच्चाई की जित हुई, उही पंजाब दे विच नौजवानों नूं अपील आ कि इस तरह खड़ो अपने पंजाब नूं, जे बचाउणा है जे इह सोच के लंघो कि असी की लैणा, छड्ड परा मेरे कल्ले नाल की हो सकदा, इह साडी सोच गलत आ। कल्ले कल्ले नूं विचरना पैणा, कल्ले कल्ले नूं सवाल करना पैणा, तद जाके इह पंजाब सोने की चिड़िया बणूगा दुबारा। साढ़े नाल इस समय मौजूद सन रिंकू गांधी जी, पंज आप वैलफेयर सोसायटी तो, बड़े अच्छे विचार सांझे किए, और जिथे इन्होंने उच्च अधिकारियों नूं अपील भी की कि जिहड़ा सच्चाई का साथ ही देना चाहिए, चाहे वह कोई भी इंसान होवे, केस किदा का भी होवे, सच्चाई नूं मुख रखते हुए जो कि फैसले लए जाने चाहिए ने। कैमरामैन नवजोत सिंह दे नाल मैं सुरजीत सिंह, KDT News TV, लुधियाना।